ਇਹ ਕੰਮ ਕਰਦਾ ਰਿਹਾ। ਓਕੇ ਮੁਹੰਮਦ ਆਸਿਫ, ਬਿਫੋਰ ਵੀ ਵਾਈਂਡ ਅਪ ਔਨ ਫਾਸਟ ਬੋਲਰਸ, ਦ ਬੈਸਟ ਫਾਸਟ ਬੋਲਰ ਐਵਰ ਪਾਕਿਸਤਾਨ ਹੈਜ਼ ਐਵਰ ਪ੍ਰੋਡਿਊਸਡ, ਸਿੰਪਲ ਪੀਰੀਅਡ। ਵਸੀਮ ਅਕਰਮ ਨਹੀਂ, ਵਸੀਮ ਅਕਰਮ, ਇਮਰਾਨ ਖਾਨ ਜਾਂ ਮੁਹੰਮਦ ਆਸਿਫ? ਫਾਸਟ ਸੀਮ ਬੋਲਰ, ਸੀਮ ਬੋਲਰ, ਫਾਸਟ ਬੋਲਰ ਨਹੀਂ। ਕੈਟੇਗਰੀ ਡਿਫਰੈਂਟ ਹੈ, ਡਿਫਰੈਂਟ ਕੈਟੇਗਰੀ ਫਾਸਟ। ਠੀਕ ਹੈ, ਵਸੀਮ ਫਾਸਟੈਸਟ ਬੋਲਰ ਹੋ ਗਿਆ। ਸੈਫੀ ਭਾਈ ਨਾਰਾਜ਼ ਹੋ ਜਾਏਗੇ ਆਪਸੇ ਯਾਰ, ਜੋ ਮੈਜੀਸ਼ੀਅਨ ਇਹ ਥਾ ਨਾ, ਮੈਂ ਆਮ ਸੋਰੀ ਟੂ ਸੇ, ਮੈਨੇ ਬੋਲਿੰਗ ਇਸ ਤਰ੍ਹਾਂ ਮੈਨੇ ਜ਼ਿੰਦਗੀ ਨਹੀਂ ਕਦੇ ਦੇਖੀ। ਇਸਕੋ ਐਕਸਪਲੇਨ ਐਸੇ ਕਰੇਂ, ਇਸ ਐਕਸਪਲੇਨ ਐਸੇ ਕਰਦੇ। ਚਲੋ ਮੇਰਾ ਐਕਸਪਲੇਨ ਨਿਕਾਲ ਲਓ, ਤੁਮੇ ਫਾਸਟ ਬੋਲਿੰਗ ਨਜ਼ਰ ਆਏਗੀ, ਤੁਮੇ ਇੱਕ ਸਿੰਪਲ ਬੋਲਿੰਗ ਨਜ਼ਰ ਆਏਗੀ, ਤੂੰ ਆਸਫ ਵੀ ਲਗਾਏਗਾ ਨਾ, ਤੁਸੀਂ ਆਰਟ ਨਜ਼ਰ ਆਏਗਾ। ਵਾਓ, ਸਮਝੇ? ਮੈਂ ਇੱਕ ਬੋਲਰ, ਸਿੰਪਲ ਫਾਸਟ ਬੋਲਰ, ਵੋ ਇੱਕ ਆਰਟ ਨਜ਼ਰ ਆਏਗਾ। ਬੈਟਸਮੈਨ ਆਗੇ ਆ ਰਿਹਾ ਹੈ, ਬੈਟਸਮੈਨ ਕਾ ਬੱਲਾ ਜਾ ਰਿਹਾ ਹੈ, ਉਸਕਾ ਬੱਲੇ ਕਾ ਗੈਪ ਐਵੇਂ ਬਣ ਰਿਹਾ ਹੈ, ਉਹ ਗੈਪ ਕਿਉਂ ਬਣ ਰਿਹਾ? ਲਕਸ਼ਮਣ ਨੇ ਬੱਲੇ 2000 ਰੁਪਏ ਸੇ ਮਾਰੇ ਆ ਗਏ। ਲਕਸ਼ਮਣ, ਸਹੀ ਬਾਤ ਹੈ, ਸਹੀ ਬਾਤ ਹੈ, ਮੈਂ ਗਾਜੀ ਜੈਸੀ ਬਾਤ ਕਰ ਰਿਹਾ ਹੂੰ। ਲਕਸ਼ਮਣ ਇਹ ਟਾਂਗ ਨਿਕਾਲੀ ਇਧਰ, ਬੱਲਾ ਬਿਲਕੁਲ ਸਾਥ ਸਿਰੇ ਐਸੀ ਕਰਕੇ ਨਾ, ਫਿਰ ਲੈਣ ਕੇ ਸਾਥ ਬੱਲਾ ਐਸੇ ਆਏ ਕਰ ਦਿਆ। ਇਤਨਾ ਬੜਾ ਗੈਪ, ਬੋਡੀ ਤੋਂ ਸਹਿਵਾਗ ਵਾਲਾ ਵੀ, ਲਕਸ਼ਮੀ ਵਾਲਾ, ਸਹਿਵਾਗ ਵਾਲਾ, ਮੈਂ ਕਹਿੰਦਾ ਆਸ਼ਰ ਹੋ ਗਿਆ। ਮੈਂ ਬੜੀ ਸਕਰੀਨ ਦੇਖ ਰਿਹਾ ਯਾਰ, ਮੈਂ ਕਿਹਾ ਯਾਰ ਸ਼ੇਮ ਹੋਣੀ ਸ਼ੋਏ ਬਖਤ ਯਾਰ, ਇਸੇ ਕਹਿੰਦੇ ਬੋਲਿੰਗ ਯਾਰ। ਅੱਛਾ ਜੀਨੀਅਸ ਯਾਰ, ਹੀ ਵਾਸ ਮੈਜੀਸ਼ੀਅਨ। ਅੱਛਾ ਅਬ ਉਸਨੇ ਬੈਟਸਮੈਨ ਕੋ ਆਗੇ ਵੀ ਲਾਨਾ ਹੈ, ਉਸਕੋ ਐਕਸਪੋਜ਼ ਵੀ ਕਰਨਾ, ਉਸ ਗੰਦਾ ਵੀ ਕਰਨਾ, ਉਸਕੋ ਡੰਡੇ ਵੀ ਮਾਰ, ਡੰਡੇ ਵੀ ਬਾਲ ਮਾਰਨਾ, ਠੀਕ ਹੈ ਨਾ? ਔਰ ਡੰਡੇ ਬੋਲ ਇਹ ਨਹੀਂ ਟੱਕ ਕਰਕੇ, ਨਹੀਂ ਨਹੀਂ, ਔਰ ਠਾਕ ਕਰਕੇ ਉਹ ਜਾ ਰਹੇ ਵੇੜ ਵਿੱਚ, ਉਹ ਪਤਾ ਹੀ ਬੜਾ ਗੰਦਾ ਸਾਊਂਡ, ਸਹੀ ਐਕਸਪਲੇਨ ਕਰ ਰਿਹਾ, ਬੜਾ ਮਜ਼ੇ ਕਰ, ਗੰਦਾ 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 ਸਾਊਂਡ ਹੈ, ਠੀਕ ਹੈ ਨਾ? ਤੋ ਅਬ ਉਸਨੇ ਜਬ ਆਊਟ ਸਵਿੰਗ ਕਰਨਾ ਨਾ, ਉਸੀ ਰਿਸਕ ਕੇ ਸਾਥ ਪੰਨ ਕੇ, ਜਿਹੜੀ ਪੰਨ ਕੇ ਰਿਸਕ ਨਾ, ਉਹ ਜੋ ਸਿੱਧੀ ਕਰਦਾ ਤਾ, ਉਹ ਲੱਗਦਾ ਆ ਰਹੇ ਅੰਦਰ ਹੀ, ਆ ਰਹੇ ਅੰਦਰ ਹੀ, ਆ ਰਹੇ ਡਾ ਬਾਹਰ, ਵਹੀ ਸੇ ਬਾਹਰ, ਵਹੀ ਸੇ ਅੰਦਰ। ਇਟ ਇਜ ਟੋਟਲੀ ਡਿਫਰੈਂਟ ਫਾਸਟ ਬੋਲਰ, ਇੱਕ ਹੀ ਲੈਂਥ ਸੇ ਬਾਹਰ ਬਾਲ ਨਿਕਾਲਨਾ, ਔਰ ਉਸੀ ਲੈਂਥ ਸੇ ਲੈਂਥ ਬਾਲ ਕੋ ਅੰਦਰ ਲਾਨਾ। ਵਾਟ ਅ ਵੇਸਟ ਫਾਰ ਹਿਮਸੈਲਫ ਐਂਡ ਫਾਰ ਪਾਕਿਸਤਾਨ, ਵਾਟ ਅ ਵੇਸਟ, ਐਂਡ ਹੀ ਇਜ਼ ਵੇਸਟਿੰਗ ਹਿਜ਼ ਲਾਈਫ। ਹਾਂ, ਅਬ ਉਹ ਸੁਣਿਆ ਕਿ ਨਾਓ ਹੀ ਇਜ਼ ਵੇਸਟਿੰਗ ਹਿਜ਼ ਲਾਈਫ, ਪਹਿਲੇ ਹੀ ਵੇਸਟਡ ਹਿਜ਼ ਕਰੀਅਰ, ਐਂਡ ਨਾਓ ਹੀ ਇਜ਼ ਡਿਸਟਰੋਇੰਗ ਹਿਜ਼ ਲਾਈਫ, ਪ੍ਰੋਬਬਲੀ ਡਿਪਰੈਸ ਹੋ ਗਿਆ ਹੋਗਾ ਨਾ। ਲੈਟ ਮੀ ਟੈਲ ਯੂ ਰਾਈਟ ਨਾਓ, ਮੈਂ ਡਿਪਰੈਸ ਹੋ ਗਿਆ, ਮੈਂ ਕਰ ਜਾਤਾ ਹੂੰ ਬਾਤ। ਜੇ ਮੈਨੇ ਇਸਕੋ ਬੱਲਾ ਮਾਰਾ ਨਾ 2007 ਮੈਂ, ਤੋ ਦੇਖਿਆ ਮੇਰਾ ਨਵਾਨ ਰਾਸ਼ਦ ਭਾਈ, ਤੋ ਤੁਮ ਤੋ ਲੋਕ ਖੇਲ ਸਾਥ, ਬੋਲਿੰਗ ਕੇ ਬਾਅਦ ਸਮਝ ਨਹੀਂ ਆਤੀ, 4 ਓਵਰ ਕੀ ਹੋਣਾ ਤੋ ਕੁਛ ਸਮਝ ਨਹੀਂ ਆ ਰਹੀ ਦਿਮਾਗ ਮੈਂ, ਉਹ ਬਾਹਰ ਹੋਤਾ ਸਾਹ ਸਾਹ ਹੋਤਾ, ਕੁਛ ਦਿਮਾਗ ਮੈਂ ਸਵਾਇਬ ਬੈਟਸਮੈਨ ਬਾਲਸ ਕੁਛ ਕੇ ਲਾ, ਕੁਛ ਸਮਝ ਨਹੀਂ ਆ ਰਹੀ ਹੋਤੀ। ਤੋ ਉਸ ਵੇ ਹੀਟ ਆਫ ਦ ਮੂਮੈਂਟ ਨਾ, ਇਸਨੇ ਪਤਾ ਨਹੀਂ ਕਹਾਂ ਸੇ ਬੀਚ ਮੈਂ ਆਇਆ, ਮੇਰੀ ਸ਼ਾਇਦ ਕੀ ਹੋ ਰਹੀ ਤੀ, ਅਤੇ ਬੀਚ ਮੈਂ ਆਇਆ ਤਾਂ ਉਸਕੋ ਬੱਲਾ ਪੜ ਗਿਆ, ਇੰਸੀਡੈਂਟ ਹੋ ਗਿਆ। ਬੀਂਗ ਅਲਡਰ ਸੀਨੀਅਰ ਫਾਸਟ ਬੋਲਰ, ਔਰ ਮੈਂ ਪੀਕ ਮੈਂ ਥਾ, ਔਰ ਮੇਰਾ ਉਹ ਆਖਰੀ ਸਪੀਕ ਕਾ ਸਾਲ ਥਾ, ਠੀਕ। ਤੋ ਉਸਕੇ ਬਾਅਦ ਮੈਨੇ ਨੀਚੇ ਡਰਮ ਨੀਚੇ ਆਉਣਾ, ਤੋ ਮੈਂ ਇਸਕੇ ਪਾਸ ਗਿਆ, ਮੈਨੇ ਕਿਹਾ ਯਾਰ ਆਸਫ ਹੋ ਗਈ ਗਲਤੀ, ਲੈਟ ਇਟ ਗੋ, ਲੈਟ ਇਟ ਗੋ, ਛੋੜ ਦੇ, ਖਤਮ ਕਰ ਦੇ, ਅਬ ਮੈਂ ਯਹਾਂ ਸੇ ਵਰਲਡ ਕੱਪ ਸੇ ਵਾਪਸ ਜਾਊਂਗਾ ਨਾ, ਤੋ ਮੁਸੀਬਤ ਖੜੀ ਹੋ ਜਾਏਗੀ, ਮੁਝੇ ਉਹ ਗਲਤੀ, ਆਈ ਅਪੋਲੋਜਾਈਜ਼, ਔਰ ਆਈ ਅਪੋਲੋਜਾਈਜ਼ ਇਨ ਫਰੰਟ ਆਫ ਦ ਟੀਮ। ਉਸ ਨੇ ਆਗੇ ਸੇ ਕਿਹਾ ਕਿ ਆਪ ਰਹੇਂਗੇ ਜਾਂ ਫਿਰ ਮੈਂ ਰਹੂੰਗਾ, ਓ ਤੇਰੀ, ਇਹ ਸ਼ੋਏ ਮਲਿਕ ਨੇ ਕਿਹਾ ਮੁਝੇ, ਉਹਨੇ ਕਿਹਾ ਹਮਨੇ ਬੜਾ ਸਮਝਾਇਆ ਇਸਕੋ, ਜਾਂ ਆਪ ਰਹੇਂਗੇ ਹੋਰ ਪਤਾ ਨਹੀਂ, ਬੱਲਾ ਆਲਮ ਆਪ ਸ਼ੋਏ ਮਲਿਕ ਹੀ ਕਹਿ ਰਿਹਾ। ਪਰ ਮੈਨੇ ਉਸੇ ਕਿਹਾ ਕਿ, ਉਸਨੇ ਕਿਹਾ ਲਿਖ ਕੇ ਦੇ ਦੇ, ਆਸਫ ਮੈਨੇਜਰ ਨੇ ਕਿਹਾ ਆਸਫ ਸੇ, ਤੂੰ ਲਿਖ ਕੇ ਦੇ ਦੇ ਇਸਕੇ ਖਿਲਾਫ, ਤੋ ਹਮ ਐਕਸ਼ਨ ਲੈ ਲੈਤੇ, ਅਦਰਵਾਈਜ਼ ਤੂੰ ਨਹੀਂ ਲਿਖ ਕੇ ਦਿੱਤਾ। ਤੋ ਮੈਨੇਜਰ ਸਾਹਿਬ ਨੇ ਕਿਹਾ ਕਿ ਖਤਮ ਕਰ ਦੇ, ਪ੍ਰੀਮੀਅਰ ਫਾਸਟ ਬੋਲਰ ਹਮਾਰਾ, ਜ਼ਰੂਰਤ ਪੜੇਗੀ ਮੈਂ ਵਰਲਡ ਕੱਪ ਮੈਂ। ਤੋ ਦੈਨ ਹੀ ਸੈਡ ਕਿ ਨਹੀਂ ਯਾਦ ਯੇ ਰਹੇਗੇ ਜਾਂ ਫਿਰ ਮੈਨੂੰ, ਅਤੇ ਸਪੋਂਟੇਨੀਅਸਲੀ ਮੇਰੇ ਐਵੇਂ ਮੂੰਹ ਸੇ ਨਾ ਨਿਕਲ ਗਏ, ਮੈਂ ਕਿਹਾ ਯਾਰ ਚਾਹ ਫਿਰ ਦੇਖ ਲੈਤੇ ਹੈਂ। ਓ ਉਸਕੇ ਬਾਅਦ ਮੁਸੀਬਤੋਂ ਕੇ ਪਹਾੜ ਟੁੱਟ ਪਏ, ਨਾਟ ਬਿਕੋਜ਼ ਆਫ ਮੀ, ਨਾਟ ਬਿਕੋਜ਼ ਆਫ ਜਸਟ ਵਨ, ਬਟ ਯੂ ਨੋ ਮੇਰੇ ਦਿਲ ਸੇ ਨਾ ਇੱਕ ਐਸੀ ਬਦਵਾ ਸੀ, ਬਦਵਾ ਟਾਈਪ ਸੀ ਨਿਕਲੀ, ਬਦਵਾ ਸੀ ਠੀਕ ਹੋ ਗਿਆ। ਇੱਕ ਕੇ ਬਾਅਦ ਇੱਕ, ਕਭੀ ਚਰਸ ਕਾ ਕੇਸ, ਕਭੀ ਡੋਪ ਕਾ ਕੇਸ, ਕਭੀ ਇੱਧਰ, ਕਭੀ ਦੁਬਈ ਮੇ ਪਕੜ ਰਿਹਾ, ਕਭੀ ਉੱਧਰ ਪਕੜਾ ਜਾ ਰਿਹਾ, ਕਭੀ ਮੈਚ ਫਿਕਸਿੰਗ ਪਕੜਾ ਜਾ ਰਿਹਾ, ਕਭੀ ਨਹਿਰ ਸੇ ਮਿਲ ਰਿਹਾ, ਕਭੀ ਕਿੱਧਰ ਸੇ ਮਿਲ ਰਿਹਾ। ਤੋ ਮੈਂ ਮੈਂ ਤਕਲੀਫ ਹੋਈ, ਮੈਂ ਇਤਨੀ ਤਕਲੀਫ ਹੋਈ, ਮੈਂ ਫਿਰ ਉਸਕੋ ਮਿਲਨੇ ਗਿਆ, ਅਭੀ ਕੋ ਸਾਲ 2 ਸਾਲ ਪਹਿਲੇ ਕੀ ਬਾਤ ਹੈ, ਮੈਂ ਮਿਲਨੇ ਗਿਆ, ਮੈਨੂੰ ਪੁੱਛਿਆ ਹਾਲਾਤ ਉਸਕੇ ਬਾਰੇ ਮੈਂ, ਇਜ਼ ਲਾਈਕ ਲਿਟਰਲੀ ਲੋਸਟ ਇਟ, ਆਈ ਐਮ ਸੋਰੀ ਟੂ ਸੇ, ਉਸਕੀ ਅਗਰ ਉਸਕੀ ਬੀਵੀ ਉਸਕੋ ਨਾ ਸੰਭਾਲੇ ਤੋ ਆਪਕੋ ਖਬਰ ਆ ਜਾਣੀ, ਇਟ ਇਜ਼ ਅ ਸੈਡ ਸਿਨੈਰੀਓ, ਬਟ ਆਈ ਪ੍ਰੈਜੈਂਟਡ ਯੂ, ਬਟ ਦਿਸ ਇਜ਼ ਅਨਫੋਰਚੂਨੇਟ, ਬਟ ਯੂ ਨੋ ਦ ਲੈਸਨ ਇਜ਼ ਲਰਨਡ ਨਮਾਨ। ਮੈਂ ਔਰ ਰਾਸ਼ਿਦ ਭਾਈ ਗਾੜੀ ਮੇਂ ਬਾਤ ਕਰਤੇ, ਦਿਲ ਮੇਂ ਕੁਛ ਚੀਜ਼ ਹੋ ਨਾ,
اور یار معاف کر دے یار معاف کر دو, ختم ہو جی, پتہ نہیں تو کس وجہ سے پکڑا جائے. میں نے زندگی میں یار دیکھ, آئی ایم ناٹ سم ون دیٹ از دا موسٹ پائس پیپل ان دا ورلڈ آف کورس, بٹ میں دل میں نہیں رکھتا یار, میں جو ہے میں کہہ دیا اور معاف کر کے نکل گیا آگے, ختم ہوگی نہیں یار. یار کون 47 ٹیسٹ کھیل کے 150 ٹیسٹ والے کے ساتھ مقابلہ کرتا ہے؟ کوئی ہے ایسا بندہ؟ مثال ہے تیرے سامنے؟ ٹھیک ہے, نہیں ہے نا مثال. وہ 400 والا آؤٹ والا بےچارا گھومتا پھرتا گلیوں میں, نہیں پوچھتے لوگ. بٹ بٹ فورگیونگ ہارٹ ہونا چاہیے تیرے پاس, بٹ سم ہاؤ آصف کی وہ چیز نہیں مجھے سمجھ آئی جس کی وجہ سے وہ ڈکلائن ڈکلائن ڈکلائن. Anyways, it's misfortune for him.